ਮੇਰੇ ਹਾਲਾਤ ਥੋੜ੍ਹੇ ਸਹੀ ਨਹੀਂ ਸੀਗੇ, ਇਸ ਕਰਕੇ ਮੈਂ ਕੰਮ ਸ਼ੁਰੂ ਕੀਤਾ। ਮੈਨੂੰ ਪਤਾ ਲੱਗਿਆ ਸੀ ਵੀ ਇਸ ਕੰਮ ਦੇ ਵਿੱਚ ਆਪਾਂ ਨੂੰ ਵਧੀਆ ਪੈਸਾ ਮਿਲ ਜਾਂਦਾ ਵਾ ਅਤੇ ਆਪਾਂ ਵਧੀਆ ਬਿਲਕੁਲ ਖਾਣਾ ਵਧੀਆ ਬਣਾ ਰਹੇ ਹਾਂ, ਪਰ ਸਾਨੂੰ ਰਿਸਪੋਂਸ ਨਹੀਂ ਮਿਲ ਰਿਹਾ ਜੋ ਸਾਨੂੰ ਚਾਹੀਦਾ ਸੀਗਾ, ਉਹ ਰਿਸਪੋਂਸ ਨਹੀਂ ਮਿਲ ਰਿਹਾ ਇੱਥੋਂ। ਮੇਰੇ ਸਿਰ 'ਤੇ ਇਸ ਟਾਈਮ 7 ਲੱਖ ਦਾ ਕਰਜ਼ਾ ਵਾ ਜਿਹਨੂੰ ਕਿ ਮੈਂ ਉਤਾਰਨਾ ਚਾਹੁੰਦੀ ਹਾਂ ਵੀ ਚਲੋ ਸਾਡਾ ਇੱਕ ਕੰਮ ਚੱਲੂਗਾ, ਕਿਉਂਕਿ ਬਹੁਤ ਲੋਕਾਂ ਨੇ ਵੀਡੀਓ ਦੇਖੀਆਂ ਸੀ ਮੈਂ ਜਿਹਦੇ ਵਿੱਚ ਸਾਨੂੰ ਪਤਾ ਲੱਗ ਰਿਹਾ ਸੀ ਵੀ ਇਹ ਲੋਕ ਵਧੀਆ ਕਮਾ ਰਹੇ ਆ। ਅਸੀਂ ਹੈ ਤਾਂ ਸਹੇਲੀਆਂ ਵਾਂ, ਪਰ ਜਿਹੜਾ ਸਾਡਾ ਅਜਿਹਾ ਰੀਜ਼ਨ ਆ ਅਸੀਂ ਭੈਣਾਂ ਤੋਂ ਵੱਧ ਕੇ ਹਾਂ, ਕਿਉਂਕਿ ਆਪਣੇ ਸਕੇ ਭੈਣ ਭਰਾ ਆਪਣਾ ਨਹੀਂ ਜੋ ਕਰਦੇ ਹੈਗੇ, ਕਿਉਂਕਿ ਜੋ ਸਾਡਾ ਆਪਸ ਵਿੱਚ ਪਿਆਰ ਬਣਿਆ ਹੋਇਆ ਸਾਡਾ ਸਕੀਆਂ ਭੈਣਾਂ ਤੋਂ ਵੀ ਵੱਧ ਵਾ। ਮੇਰੇ ਸਿਰ 'ਤੇ ਵੀ ਥੋੜ੍ਹਾ ਜਿਹਾ ਕਰਜ਼ਾ ਵੀ ਮੇਰਾ ਵੀ, ਮੈਨੂੰ ਵੀ ਬੱਚੇ ਕਹਿੰਦੇ ਵੀ ਕੁਛ ਨਾ ਕੁਛ ਮੰਮਾ ਘਰ ਆਵੇ, ਅਤੇ ਚੱਲ ਮੇਰੇ ਵੀ ਸੁਪਨੇ ਸੀਗੇ ਵੱਡੇ ਵੀ ਮੈਂ ਵੀ ਕੁਛ ਕਰਨਾ, ਮੈਂ ਵੀ ਮਸ਼ਹੂਰ ਹੋਣਾ ਚਾਹੁੰਦੀ ਹਾਂ ਵੀ ਇਹਨਾਂ ਦੇ ਨਾਲ ਨਾਲ ਮੇਰਾ ਵੀ ਕੁਛ ਬਣ ਜਾਵੇ। ਕਿੱਦਾਂ ਦਾ ਲੱਗਦਾ ਕੰਮ ਇਕੱਠਿਆਂ ਕੰਮ ਕਰਨ ਨੂੰ? ਤਾਂ ਹੁਣ ਆਏ ਤਾਂ ਐਵੇਂ ਸੀ ਵੀ ਕੰਮ ਕਰਾਂਗੇ, ਜਦੋਂ ਮਤਲਬ ਗਾਹਕ ਨਹੀਂ ਪੈਂਦਾ ਉਦੋਂ ਸਾਡਾ ਦਿਲ ਟੁੱਟ ਜਾਂਦਾ, ਕੋਲੋਂ ਪੈਸੇ ਪੈ ਰਹੇ ਆ ਸਾਨੂੰ, ਇਸ ਕਰਕੇ ਸਾਡਾ ਮਨ ਨੂੰ ਜਾਣੀ ਦੀ ਬਹੁਤ ਦਾਸ ਦੁਖੀ ਰਹਿੰਦਾ ਵੀ ਸਾਨੂੰ ਸਾਥ ਚਾਹੀਦਾ ਭੈਣ ਭਰਾਵਾਂ ਦਾ। ਠੀਕ ਆ, ਮੈਂ ਵੀ ਜਗਰਾਉਣ ਤੋਂ ਆਉਂਦੀ ਹਾਂ, ਮੈਨੂੰ ਦੂਰ ਬਹੁਤ ਪੈਂਦਾ। ਠੀਕ ਆ, 8 ਵਜੇ ਜਾਂਦੇ, ਮੈਨੂੰ 8:30 ਜਾਂਦੀ ਨੂੰ, ਅਤੇ ਕੁਛ ਕਰਨ ਵਾਸਤੇ ਆ ਰਹੇ ਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖੋ ਸਿਟੀ ਹੈਡਲਾਈਨਸ ਅਤੇ ਮੈਂ ਅੰਬਰਵੀਰ। ਅੱਜ ਤੁਹਾਨੂੰ ਮੈਂ ਮਿਲਾਊਂਗਾ ਦੋ ਭੈਣਾਂ ਨਾਲ, ਦੋ ਸਹੇਲੀਆਂ ਨਾਲ, ਜਿਹੜੀਆਂ ਕਿ ਇਕੱਠੇ ਰਲ ਕੇ ਕੰਮ ਤਾਂ ਸ਼ੁਰੂ ਕੀਤਾ, 4 ਮਹੀਨੇ ਹੋ ਗਏ ਇਸ ਕੰਮ 'ਚ ਐਂਟਰ ਕੀਤਿਆਂ ਨੂੰ, ਪਰ ਜਿਹੜਾ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਨਹੀਂ ਮਿਲ ਰਿਹਾ, ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀਆਂ ਨੂੰ ਸਾਥ ਨਹੀਂ ਮਿਲ ਰਿਹਾ। ਗੱਲਬਾਤ ਕਰਦੇ ਹਾਂ, ਪੁੱਛਦੇ ਹਾਂ ਕੀ ਰੀਜ਼ਨ ਸੀ ਕੰਮ ਸ਼ੁਰੂ ਕਰਨ ਦਾ, ਆਓ ਤੁਹਾਨੂੰ ਮੈਂ ਮਿਲਾਉਣਾ, ਆ ਜਾਓ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਨਾਮ ਦੱਸੋ, ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਜੀ ਕਮਲਜੀਤ ਕੌਰ ਹੈ। ਮੇਰਾ ਨਾਮ ਕਰਮਜੀਤ ਕੌਰ ਜੀ। ਆਪਾਂ ਗੱਲ ਕਰਾਂਗੇ, ਤੁਸੀਂ ਸ਼ੁਰੂ ਕੀਤਾ ਭੈਣਾਂ ਦੀ ਆਪਣੀ ਪੰਜਾਬੀ ਰਸੋਈ, ਹਾਂਜੀ, ਕੀ ਕਾਰਨ ਸੀ ਇਹ ਸ਼ੁਰੂ ਕਰਨ ਦਾ ਜੀ? ਕਿਉਂਕਿ ਮੇਰੇ ਹਾਲਾਤ ਥੋੜ੍ਹੇ ਸਹੀ ਨਹੀਂ ਸੀਗੇ, ਇਸ ਕਰਕੇ ਮੈਂ ਕੰਮ ਸ਼ੁਰੂ ਕੀਤਾ। ਮੈਨੂੰ ਪਤਾ ਲੱਗਿਆ ਸੀ ਵੀ ਇਸ ਕੰਮ ਦੇ ਵਿੱਚ ਆਪਾਂ ਨੂੰ ਵਧੀਆ ਪੈਸਾ ਮਿਲ ਜਾਂਦਾ ਵਾ ਅਤੇ ਆਪਾਂ ਵਧੀਆ ਬਿਲਕੁਲ ਖਾਣਾ ਵਧੀਆ ਬਣਾ ਰਹੇ ਹਾਂ, ਪਰ ਸਾਨੂੰ ਰਿਸਪੋਂਸ ਨਹੀਂ ਮਿਲ ਰਿਹਾ ਜੋ ਸਾਨੂੰ ਚਾਹੀਦਾ ਸੀਗਾ, ਉਹ ਰਿਸਪੋਂਸ ਨਹੀਂ ਮਿਲ ਰਿਹਾ ਇੱਥੋਂ। ਕੀ ਮਤਲਬ ਕਹਿ ਲਓ ਵੀ ਐਸੀ ਮਜਬੂਰੀ ਸੀ, ਹੈ ਨਾ, ਜਿਹਦੇ ਤੋਂ ਬੰਦਾ ਵੀ ਕਹਿ ਲਓ ਇੱਕ ਨਵਾਂ ਰਸਤਾ ਚੁਣਦਾ ਕਿ ਆਪਾਂ ਜਿਹੜਾ ਪੂਰੀ ਲਾਈਨ ਹੀ ਚੇਂਜ ਕਰ ਜਾਂਦੇ, ਹੈ ਨਾ, ਉਹਦੇ ਬਾਰੇ ਸਾਨੂੰ ਦੱਸੋ ਕੁਛ। ਲਾਈਨ ਮੈਂ ਚੇਂਜ ਕੀਤੀ ਕਿਉਂਕਿ ਮੇਰੇ ਸਿਰ 'ਤੇ ਇਸ ਟਾਈਮ 7 ਲੱਖ ਦਾ ਕਰਜ਼ਾ ਵਾ ਜਿਹਨੂੰ ਕਿ ਮੈਂ ਉਤਾਰਨਾ ਚਾਹੁੰਦੀ ਹਾਂ ਵੀ ਚਲੋ ਸਾਡਾ ਇੱਕ ਕੰਮ ਚੱਲੂਗਾ, ਕਿਉਂਕਿ ਬਹੁਤ ਲੋਕਾਂ ਨੇ ਵੀਡੀਓ ਦੇਖੀਆਂ ਸੀ ਮੈਂ ਜਿਹਦੇ ਵਿੱਚ ਸਾਨੂੰ ਪਤਾ ਲੱਗ ਰਿਹਾ ਸੀ ਵੀ ਇਹ ਲੋਕ ਵਧੀਆ ਕਮਾ ਰਹੇ ਆ, ਇਸ ਕਰਕੇ ਮੈਂ ਆਪਣੀ ਲਾਈਨ ਚੇਂਜ ਕਰਤੀ। ਚੇਂਜ ਕਰਕੇ ਦੇਖਿਆ ਵੀ ਚਲੋ ਸਾਨੂੰ ਵੀ ਪੈਸਾ ਆਊਗਾ, ਅਸੀਂ ਵੀ ਆਪਣਾ ਜੋ ਸਾਡਾ ਕਰਜ਼ਾ ਵਾ ਉਹ ਉਤਰ ਜਾਏਗਾ। ਕਿੰਨਾ ਟਾਈਮ ਹੋ ਗਿਆ ਇਸ ਕੰਮ ਸ਼ੁਰੂ ਕੀਤੇ ਨੂੰ, ਇਹ ਦੱਸੋ? ਸਾਨੂੰ 3 ਮਹੀਨੇ ਪੂਰੇ ਹੋ ਚੁੱਕੇ, 4th ਮਹੀਨਾ ਲੱਗ ਚੁੱਕਿਆ, ਲੱਗ ਚੁੱਕਿਆ ਵਾ, ਪਰ ਉਹ ਰਿਸਪੋਂਸ ਨਹੀਂ ਮਿਲ ਰਿਹਾ ਜੋ ਅਸੀਂ ਵੀਡੀਓ ਵਿੱਚ ਦੇਖਦੇ ਹੁੰਦੇ ਸੀਗੇ, ਸਾਨੂੰ ਰਿਸਪੋਂਸ ਬਿਲਕੁਲ ਨਹੀਂ ਮਿਲਿਆ ਹੈਗਾ ਇੱਥੇ। ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਵੀ ਤੁਸੀਂ ਨਾਮ ਰੱਖਿਆ ਆਪਣੀ ਜਿਹੜੀ ਰਸੋਈ ਖੋਲ੍ਹੀ ਹੈ ਨਾ ਭੈਣਾਂ ਦੀ ਆਪਣੀ ਪੰਜਾਬੀ ਰਸੋਈ, ਤੁਸੀਂ ਆਪਸ 'ਚ ਭੈਣਾਂ ਹੋ ਸਹੇਲੀਆਂ ਹੋ? ਅਸੀਂ ਹੈ ਤਾਂ ਸਹੇਲੀਆਂ ਵਾਂ, ਪਰ ਜਿਹੜਾ ਸਾਡਾ ਅਜਿਹਾ ਰੀਜ਼ਨ ਆ ਅਸੀਂ ਭੈਣਾਂ ਤੋਂ ਵੱਧ ਕੇ ਹਾਂ, ਕਿਉਂਕਿ ਆਪਣੇ ਸਕੇ ਭੈਣ ਭਰਾ ਆਪਣਾ ਨਹੀਂ ਜੋ ਕਰਦੇ ਹੈਗੇ, ਕਿਉਂਕਿ ਜੋ ਸਾਡਾ ਆਪਸ ਵਿੱਚ ਪਿਆਰ ਬਣਿਆ ਹੋਇਆ ਸਾਡਾ ਸਕੀਆਂ ਭੈਣਾਂ ਤੋਂ ਵੀ ਵੱਧ ਵਾ। ਮੈਮ ਮੈਂ ਤੁਹਾਨੂੰ ਦੇਖ ਸਕਦਾ ਵੀ ਤੁਸੀਂ
ਜਿਹੜੀ ਕਹਿ ਲਓ ਅੱਜ ਦੇ ਟਾਈਮ 'ਤੇ ਨਾ ਵੀ ਰਿਸ਼ਤੇਦਾਰ ਵੀ ਸਾਥ ਨਹੀਂ ਦਿੰਦਾ, ਪਰ ਤੁਸੀਂ ਇੱਕ ਸਹੇਲੀ ਹੋਣ ਦੇ ਨਾਤੇ ਕਹਿ ਲਓ ਵੀ ਇਹਨਾਂ ਦਾ ਸਾਥ ਦੇ ਰਹੇ ਹੋ, ਅਤੇ ਕੀ ਕਹਿਣਾ ਚਾਹੋਗੇ ਇਸ ਚੀਜ਼ ਦੇ ਬਾਰੇ ਕਿ ਜਿੱਥੇ ਕਿ ਕੋਈ ਮਿਸ ਆਪਣਾ ਵੀ ਸਾਥ ਨਹੀਂ, ਅਸੀਂ ਬਗਾਨਿਆਂ ਦਾ ਵੀ, ਬਗਾਨੇ ਨਹੀਂ ਕਹਿ ਸਕਦੇ, ਮਿਸ ਆਪਣੇ ਦੋਸਤ ਦਾ ਵੀ ਸਾਥ ਦੇ? ਮੈਂ ਇਸ ਕਰਕੇ ਦੇ ਰਹੀ ਹਾਂ ਸਾਥ ਵੀ ਮੇਰੇ ਥਰੂ ਜੇ ਕਿਸੇ ਨੂੰ ਘਰ ਚੱਲਦਾ, ਕਿਸੇ ਦਾ ਕਰਜ਼ਾ ਲੈਂਦਾ, ਇਹਦੇ ਨਾਲ ਨਾਲ ਮੇਰਾ ਵੀ ਕੁਛ ਬਣ ਜੂਗਾ, ਮੇਰੇ ਸਿਰ 'ਤੇ ਵੀ ਥੋੜ੍ਹਾ ਜਿਹਾ ਕਰਜ਼ਾ ਆਵੇ, ਵੀ ਮੇਰਾ ਵੀ, ਮੈਨੂੰ ਬੱਚੇ ਕਹਿੰਦੇ ਵੀ ਕੁਛ ਨਾ ਕੁਛ ਮੰਮਾ ਘਰ ਆਵੇ, ਅਤੇ ਚੱਲ ਮੇਰੇ ਵੀ ਸੁਪਨੇ ਸੀਗੇ ਵੱਡੇ ਵੀ ਮੈਂ ਵੀ ਕੁਛ ਕਰਨਾ, ਮੈਂ ਵੀ ਮਸ਼ਹੂਰ ਹੋਣਾ ਚਾਹੁੰਦੀ ਹਾਂ, ਵੀ ਇਹਨਾਂ ਦੇ ਨਾਲ ਨਾਲ ਮੇਰਾ ਵੀ ਕੁਛ ਬਣ ਜੇ। ਮੈਂ ਗੱਲ ਕਰੀ, ਤੁਸੀਂ ਇਸ ਤੋਂ ਪਹਿਲਾਂ ਕੀ ਕਰਦੇ ਹੁੰਦੇ ਸੀ ਆਪਣੇ ਇਸ ਰਸੋਈ ਖੋਲ੍ਹਣ ਤੋਂ ਪਹਿਲਾਂ? ਮੈਂ ਕੱਪੜੇ ਦਾ ਕੰਮ ਕਰਦੀ ਸੀ ਵੀਰ ਜੀ। ਕੱਪੜੇ ਦਾ ਕੰਮ? ਹਾਂਜੀ ਵੀਰ ਜੀ। ਉਹ ਕਿੱਦਾਂ ਦਾ ਕੰਮ ਚੱਲ ਰਿਹਾ ਸੀ? ਯਾਨੀ ਸੀ ਵੀਰ ਜੀ, ਵਧੀਆ ਸੀ, ਇਹੋ ਜਿਹੀ ਕੋਈ ਗੱਲ ਨਹੀਂ ਸੀ, ਵਧੀਆ ਪੈਸਾ ਬਚਦਾ ਸੀ। ਪਰ ਜੇ ਆਪਾਂ ਗੱਲ ਕਰੀਏ ਹੈ ਨਾ, ਕੰਮ ਵਧੀਆ ਚੱਲ ਰਿਹਾ ਸੀਗਾ, ਪਰ ਇੱਕ ਯਾਰੀ ਦੋਸਤੀ ਦੇ ਨਾਤੇ ਹੈ ਨਾ, ਤੁਸੀਂ ਉਹ ਕੰਮ ਦੇ ਨਾਲ ਨਾਲ ਮੈਮ ਦਾ ਸਾਥ ਦੇਣ ਆਏ ਹੋ ਹੈ ਨਾ, ਅਤੇ ਕਿੱਦਾਂ ਦਾ ਲੱਗਦਾ ਕਿ ਹੈ ਨਾ ਵੀ ਜਦੋਂ ਦੋ ਜਣੇ ਇਕੱਠੇ, ਯਾਨੀ ਕਹਿ ਲਓ ਇੱਕ ਤੇ ਇੱਕ ਬੰਦਾ 11 ਹੋ ਜਾਂਦਾ ਹੈ ਨਾ, ਅਤੇ ਕਿੱਦਾਂ ਦਾ ਲੱਗਦਾ ਕੰਮ ਇਕੱਠਿਆਂ? ਕੰਮ ਕਰਨ ਨੂੰ ਤਾਂ ਹੁਣ ਆਏ ਤਾਂ ਐਵੇਂ ਹੀ ਸੀ ਵੀ ਕੰਮ ਕਰਾਂਗੇ, ਜਦੋਂ ਮਤਲਬ ਗਾਹਕ ਨਹੀਂ ਪੈਂਦਾ ਉਦੋਂ ਸਾਡਾ ਦਿਲ ਟੁੱਟ ਜਾਂਦਾ, ਕੋਲੋਂ ਪੈਸੇ ਪੈ ਰਹੇ ਆ ਸਾਨੂੰ, ਇਸ ਕਰਕੇ ਸਾਡਾ ਮਨ ਨੂੰ ਯਾਨੀ ਦੀ ਬਹੁਤ ਦਾਸ ਦੁਖੀ ਰਹਿੰਦਾ, ਸਾਨੂੰ ਗਾਹਕ ਚਾਹੀਦਾ। ਮੈਂ ਪੁੱਛਣਾ ਚਾਹੂੰਗਾ ਵੀ ਡੇਲੀ ਦੀ ਜਿੱਦਾਂ ਆਪਣੀ ਲਾਗਤ ਕਿੰਨੀ ਹੈ ਨਾ, ਵੀ ਜਦੋਂ ਤੁਸੀਂ ਦੱਸ ਰਹੇ ਸੀ ਮੈਨੂੰ ਕਿ ਜੋ ਆਪਣੀ ਲਾਗਤ ਲੱਗ ਰਹੀ ਹੈ ਉਹ ਵੀ ਪੂਰੀ ਨਹੀਂ ਪੈ ਰਹੀ ਡੇਲੀ ਬੇਸ, ਪੂਰੀ ਪੈ ਨਹੀਂ ਰਹੀ ਜਿੰਨਾ ਅਸੀਂ ਲਾਗਤ ਲਾ ਕੇ ਉਨੇ ਪੈਸਾ, ਸਾਡਾ ਮੁੜ ਨਹੀਂ ਰਿਹਾ, ਖਰਚਾ ਨਹੀਂ ਨਿਕਲ ਰਿਹਾ ਸਾਡਾ, ਨਾ ਸਾਡਾ ਕਿਰਾਇਆ ਨਿਕਲ ਰਿਹਾ, ਨਾ ਸਾਡਾ ਬਿਜਲੀ ਦਾ ਬਿੱਲ ਨਿਕਲ, ਨਾ ਸਾਡਾ ਆਪਦਾ ਖਰਚਾ ਨਿਕਲ ਰਿਹਾ, ਬਿਲਕੁਲ ਨਹੀਂ। ਕਿੱਥੇ ਕਮੀ ਰਹਿ ਰਹੀ ਹੈ ਕਿ ਪੰਜਾਬ ਦੇ ਵਰਗੇ ਦੇਸ਼ ਦੇ ਵਿੱਚ ਰਹਿ ਕੇ, ਜਿੱਥੇ ਪੰਜਾਬ ਵਰਗਾ ਦੇਸ਼ ਤੋਂ ਉੱਤੇ ਲੁਧਿਆਣੇ ਵਰਗਾ ਸ਼ਹਿਰ, ਅਤੇ ਇੱਥੇ ਰਹਿ ਕੇ ਵੀ ਬੰਦਾ ਕੰਮ ਕਰ ਰਿਹਾ ਪਰ ਕੰਮ ਚੱਲ ਨਹੀਂ ਰਿਹਾ, ਉਹਦਾ ਕੀ ਕਾਰਨ ਲੱਗਦਾ? ਦੇਖੋ ਜੀ, ਹੁਣ ਇਹ ਸਾਨੂੰ ਨਹੀਂ ਪਤਾ ਹੈਗਾ, ਹੁਣ ਇਹੀ ਅਸੀਂ ਕਹਿੰਦੇ ਅਸੀਂ ਤਾਂ ਘਰ ਦਾ ਘਰ ਵਾਂਗੂ ਖਾਣਾ ਬਣਾਉਂਦੇ, ਸਾਫ਼ ਸੁਥਰਾ ਸਾਡਾ ਖਾਣਾ ਹੁੰਦਾ, ਸਾਨੂੰ ਨਹੀਂ ਪਤਾ ਵੀ ਸਾਡੇ 'ਚ ਕਮੀ ਹੈ, ਵੀ ਇਹ ਹੁਣ ਪਰਮਾਤਮਾ ਨੂੰ ਪਤਾ। ਖਾਣੇ ਦੇ ਵਿੱਚ ਮੈਮ ਕੀ ਹੁੰਦਾ, ਮੀਨਸ ਡੇਲੀ ਚੇਂਜ ਹੁੰਦਾ ਰਹਿੰਦਾ, ਅਤੇ ਆਪਣੇ ਕੋਲ ਕੀ ਆਈਟਮ ਹੁੰਦੀ ਹੈ ਨਾ ਮੀਨਸ ਖਾਣੇ ਦੇ ਵਿੱਚ? ਸਾਡਾ ਖਾਣਾ ਰੋਜ਼ ਜਿਹੜੀ ਆਈਟਮ ਆ, ਜੋ ਜਿਵੇਂ ਦਾਲ ਸਬਜ਼ੀ ਆ, ਰੋਜ਼ ਅਲੱਗ ਅਲੱਗ ਬਣਦੀ ਆ, ਜਿਸ ਤਰ੍ਹਾਂ ਕਿ ਅਸੀਂ ਅੱਜ ਬਣਾਇਆ ਮਾਂਹ ਛੋਲੇ ਦੀ ਦਾਲ ਵਾ, ਅਤੇ ਨਾਲ ਆਪਣੇ ਗੋਭੀ ਆਲੂ ਦੀ ਸਬਜ਼ੀ ਆ, ਅਤੇ ਨਾਲ ਫੁਲਕੇ ਹੁੰਦੇ ਆ, ਆਲੂ ਵਾਲਾ ਪਰੌਂਠਾ ਹੁੰਦਾ ਦਹੀਂ ਦੇ ਨਾਲ, ਕਿਸੇ ਨੇ ਦਹੀਂ ਨਾਲ ਖਾਣਾ ਵਾ ਤਾਂ ਦਹੀਂ ਨਾਲ ਖਾ ਸਕਦਾ, ਜੇ ਕਿਸੇ ਨੇ ਸਬਜ਼ੀ ਨਾਲ ਖਾਣਾ ਸਬਜ਼ੀ ਨਾਲ ਖਾ ਸਕਦੇ ਆ, ਦਾਲ ਨਾਲ ਖਾਣਾ ਦਾਲ ਨਾਲ ਖਾ ਸਕਦੇ ਆ, ਨਾਲ ਅਸੀਂ ਸਲਾਦ ਵੀ ਦਿੰਦੇ ਹਾਂ। ਇੱਕ ਨਾ ਮੈਨੂੰ ਗੱਲ ਬਹੁਤ ਵਧੀਆ ਲੱਗੀ, ਤੁਸੀਂ ਦੱਸ ਰਹੇ ਸੀ ਕਿ ਜਿਹੜਾ ਦੁੱਧ ਦਹੀਂ ਆ ਬਾਜ਼ਾਰੀ ਨਹੀਂ, ਵੀ ਪੈਕਟ ਵਾਲਾ ਨਹੀਂ ਵਰਤ ਰਹੇ ਹੈ ਨਾ, ਘਰੋਂ ਲੈ ਕੇ ਆਉਂਦੇ ਹੋ, ਉਹਦਾ ਕੀ ਕਾਰਨ ਹੈ ਕਿ ਪਿਓਰਿਟੀ ਦੇਣਾ ਚਾਹੁੰਦੇ ਹੋ? ਬਿਲਕੁਲ ਪਿਓਰ ਦੇਣਾ ਚਾਹੁੰਦੇ ਹਾਂ ਅਸੀਂ, ਮਿਲਾਵਟ ਵਾਲੀ ਚੀਜ਼ ਨਹੀਂ ਦੇਣਾ ਚਾਹੁੰਦੇ, ਅਸੀਂ ਕਹਿੰਦੇ ਵੀ ਸਾਫ਼ ਸੁਥਰਾ ਖਾਣਾ ਮਿਲੇ, ਮਿਲਾਵਟ ਵਾਲਾ ਤਾਂ ਬਥੇਰਾ ਮਿਲੀ ਜਾਂਦਾ, ਨਕਲੀ ਦੁੱਧ ਬਣਾ ਬਣਾ ਕੇ ਤਾਂ ਵੇਚੀ ਜਾਂਦੇ ਲੋਕ, ਅਸੀਂ ਕਹਿੰਦੇ ਵੀ ਘਰ ਦਾ ਦੁੱਧ ਆ, ਘਰ ਦੀ ਦੁੱਧ ਦਹੀਂ ਖਾਵੇ ਲੋਕ, ਘਰ ਦਾ ਦੁੱਧ ਦਹੀਂ ਹੈ ਨਾ, ਵੀ ਪਿੰਡਾਂ ਵਾਲਾ ਜਿਹੜਾ ਸਵਾਦ ਕਹਿ ਸਕਦੇ ਹਾਂ ਆਪਾਂ, ਦਾਲ ਸਬਜ਼ੀ ਰੋਟੀ ਜਿਹੜੀ ਆ ਉਹ ਵੀ ਪਿੰਡ ਵਾਲਾ ਸਵਾਦ ਆ, ਅਤੇ ਇਹਦਾ ਜਿਹੜਾ ਪ੍ਰਾਈਜ਼ ਕੀ ਹੁੰਦਾ ਆਪਣੇ ਕੋਲ? ਇਹ ਜਿਵੇਂ ਆਪਾਂ ਇੱਕ ਦਾਲ ਅਤੇ ਨਾਲ 5 ਫੁਲਕੇ, ਇਹ 50 ਰੁਪਏ ਦੇ ਆ ਨਾਲ ਸਲਾਦ ਵਾ, ਅਤੇ ਚਾਹੇ ਉਹ ਇੱਕ ਜੇ ਸਬਜ਼ੀ ਲੈਂਦੇ ਆ ਨਾਲ ਤਾਂ 60 ਰੁਪਏ ਥਾਲੀ ਆ ਜੀ, ਜੇ 2 ਪਰਾਂਠੇ ਅਤੇ 1 ਦਹੀਂ ਲੈਂਦੇ ਆ ਨਾਲ ਉਹ 50 ਰੁਪਏ ਦੇ ਆ, ਮਿਕਸ ਆਲੂ ਪਰਾਂਠਾ ਬਣਾ ਕੇ ਦਿੰਦੇ ਹਾਂ, ਜਿਵੇਂ ਆਲੂ ਦਾ ਪਿਆਜ਼ ਦਾ ਮਿਕਸ ਕਰਕੇ ਵਧੀਆ ਬਣਾ ਕੇ ਦਿੰਦੇ ਹਾਂ, ਪਰੌਂਠਾ ਵੀ ਸਾਡਾ ਛੋਟਾ ਨਹੀਂ ਹੁੰਦਾ ਕੋਈ, ਅਤੇ ਉਹ ਵੱਡਾ ਪਰੌਂਠਾ ਹੁੰਦਾ ਵਾ,
ਚਾਹੇ ਨਾਲ ਕਈ ਮੱਖਣ ਵੀ ਲੈ ਲੈਂਦੇ ਆ, ਮੱਖਣ ਵੀ ਦਿੰਦੇ ਨਾਲ। ਜਿਹੜਾ ਦਹੀਂ ਆ ਉਹ ਮੈਂ ਘਰ ਤੋਂ ਲੈ ਕੇ ਆਉਂਦੀ ਹਾਂ, 5 ਕਿਲੋ ਦੀ ਲੈ ਕੇ ਆਉਂਦੀ ਹਾਂ, ਕੈਨੀ ਭਰ ਕੇ ਬੱਸ ਚੜ੍ਹਦੀ ਹਾਂ ਲੈ ਕੇ ਉਹਨੂੰ। ਫਿਰ ਅਸੀਂ ਇੱਥੇ ਚਾਹ ਨੂੰ ਵਰਤੀ ਦਾ ਜਿਹੜਾ 2 ਕਿਲੋ ਦਾ ਹੁੰਦਾ, ਅਸੀਂ ਉਹਦਾ ਦਹੀਂ ਜਮਾ ਜਾਂਦੇ ਇੱਥੇ, ਉਹਨੂੰ ਆ ਕੇ ਸਵੇਰੇ ਫਰਿੱਜ 'ਚ ਰੱਖੀਦਾ। ਕੋਈ ਪਾਣੀ ਦੀ ਮਿਲਾਵਟ ਨਹੀਂ ਕਰਦੇ, ਕੁਛ ਨਹੀਂ ਕਰਦੇ, ਪਿਓਰ ਦਹੀਂ ਦਿੰਦੇ ਹਾਂ ਅਸੀਂ। ਤੁਸੀਂ ਦੱਸ ਰਹੇ ਹੋ ਬੱਸ 'ਚ ਚੜ੍ਹ ਕੇ ਆਉਂਦੇ ਹੋ, ਕਿੱਥੋਂ ਆਉਂਦੇ ਹੋ ਵੀ? ਲੁਧਿਆਣੇ ਕੰਮ ਕਰਨ ਵਾਸਤੇ ਕਿੱਥੋਂ ਦੀ ਆ ਰਹੇ ਹੋ ਤੁਸੀਂ? ਮੈਂ ਮੁੱਲਾਪੁਰ ਪਿੰਡ ਤੋਂ ਆਉਂਦੀ ਹਾਂ ਜੀ। ਪਹਿਲਾਂ ਸਕੂਟਰੀ ਚੱਕ ਕੇ ਉੱਥੇ ਬੱਸ ਸਟੈਂਡ 'ਤੇ ਪਹੁੰਚਦੀ ਹਾਂ 1.5 ਕਿਲੋਮੀਟਰ, ਫਿਰ ਮੈਂ ਬੱਸ ਚੜ੍ਹਦੀ ਹਾਂ, ਕਿਉਂਕਿ ਅੱਜ ਕੱਲ੍ਹ ਬੱਸਾਂ ਜਿਹੜੇ ਪ੍ਰਾਈਵੇਟ ਬੱਸਾਂ ਸਰਕਾਰੀ ਬੱਸਾਂ ਵਾਲੇ ਆ ਬੜੀ ਮੁਸ਼ਕਲ ਨਾਲ ਚੜ੍ਹਾਉਂਦੇ ਆ, ਪਰ ਮੈਨੂੰ ਪਤਾ ਮੈਂ 5 ਕਿਲੋ ਇੱਥੇ ਜਿਹੜੀ ਆਪਣੀ ਕਹਿੰਦੀ ਹਾਂ ਚੱਕ ਕੇ ਕਿੱਦਾਂ ਲੈ ਕੇ ਆਉਂਦੀ ਹਾਂ, ਨਾਲ ਪਰਸ ਹੁੰਦਾ ਵਾ, ਅਤੇ ਬਾਕੀ ਬੜੀ ਮੁਸ਼ਕਲ ਨਾਲ ਹੀ ਆਉਂਦੇ ਹਾਂ। ਪਰ ਫਿਰ ਵੀ ਸਾਨੂੰ ਇਹ ਹੁੰਦਾ ਵੀ ਜਾ ਕੇ ਸਾਨੂੰ ਕੁਛ ਰਿਸਪੋਂਸ ਮਿਲੂਗਾ, ਪਰ ਉਹ ਸਾਡਾ ਰਿਸਪੋਂਸ ਜਿਹੜਾ ਪੂਰਾ ਨਹੀਂ ਹੁੰਦਾ, ਕਿਉਂਕਿ ਦੁੱਧ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਜਿਹੜਾ ਕਿ 65 ਰੁਪਏ 2 ਕਿਲੋ ਘੱਟ ਨਹੀਂ ਹੈਗਾ, ਇਸ ਕਰਕੇ ਮੇਰਾ ਜਿਹੜਾ ਖਰਚਾ ਸਾਡਾ ਡੇਲੀ ਦਾ ਉਹ ਨਿਕਲਦਾ ਨਹੀਂ ਪਿਆ। ਕੀ ਕਹਿਣਾ ਚਾਹੂੰਗੀ ਆਡੀਅੰਸ ਨੂੰ ਵੀ ਕੀ ਅਪੀਲ ਕਰਨਾ ਚਾਹੂੰਗੇ? ਹੈ ਨਾ, ਮੈਂ ਇਹੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਸਾਡਾ ਵੱਧ ਤੋਂ ਵੱਧ ਸਾਥ ਦਿਓ, ਕਿਉਂਕਿ ਸਾਡਾ ਕਰਜ਼ਾ ਵੀ ਉੱਤਰ ਜਾਏ, ਜੋ ਸਾਡੇ ਹੈਗੇ ਆ ਮਤਲਬ ਸਾਨੂੰ ਚਾਹੀਦਾ ਵਾ ਉਹ ਸਾਡਾ ਪੂਰਾ, ਅਸੀਂ ਤਾਂ ਉਹਨਾਂ ਨੂੰ ਦੁਆ ਹੀ ਦੇ ਸਕਦੇ ਹਾਂ ਜਿਹੜਾ ਸਾਡੇ ਕੋਲ ਆਊਗਾ, ਉਹਨਾਂ ਦਾ ਰਿਸਪੈਕਟ ਕਰਦੇ ਹਾਂ, ਪੂਰੀ ਕਰਾਂਗੇ ਵੀ ਅਤੇ ਕਰਦੇ ਰਹਾਂਗੇ ਵੀ। ਮੈਡਮ ਤੁਸੀਂ ਦੱਸ ਰਹੇ ਸੀਗੇ ਵੀ ਜਿਹੜਾ ਤੁਹਾਡਾ ਘਰ ਆ ਉਹ ਵੀ ਆਪਣਾ ਨਹੀਂ ਹੈਗਾ, ਉਹ ਵੀ ਮਤਲਬ ਕਹਿ ਲਓ ਵੀ ਲੋਨ ਚੱਲ ਰਿਹਾ, ਹੈ ਨਾ, ਕਿੱਦਾਂ ਦਾ ਲੱਗਦਾ ਕਿ ਹੈ ਨਾ ਜਦੋਂ ਵੀ ਇਸ ਬੰਦਾ ਕੰਮ ਵੀ ਕਰ ਰਿਹਾ, ਸ਼ੁਰੂ ਤੋਂ ਕੰਮ ਕਰਦਾ ਆ ਰਿਹਾ, ਪਰ ਫਿਰ ਵੀ ਜਿਹੜਾ ਸਿਰ 'ਤੇ ਛੱਤ ਹੁੰਦੀ ਹੈ ਉਹ ਆਪਣੀ ਨਾ ਹੋਵੇ, ਕਿੱਦਾਂ ਲੱਗਦਾ? ਬਹੁਤ ਔਖਾ ਲੱਗਦਾ, ਐਂ ਲੱਗਦਾ ਵੀ ਕਿਰਾਏ 'ਤੇ ਹੀ ਰਹਿ ਰਹੇ ਹਾਂ, ਜਿਵੇਂ ਕਰ ਕਾਗਜ਼ ਪੱਤਰ ਹੱਥ 'ਚ ਨਹੀਂ ਹੁੰਦੇ, ਹੈ ਨਾ, ਹਜੇ ਤਾਂ ਬੈਂਕ ਵਾਲਿਆਂ ਕੋਲ ਆ, ਵੀ ਕਿਸ਼ਤ ਵੀ ਕੋਈ ਵਾਹਲੀ ਵੱਡੀ ਨਹੀਂ, ਪਰ ਅੱਜ ਬੜਾ ਔਖਾ ਲੱਗਦਾ ਵੀ ਇੰਨੀ ਕਿਸ਼ਤ ਵੀ ਨਹੀਂ ਅਸੀਂ ਕੱਢ ਸਕਦੇ, ਅਤੇ ਸਾਨੂੰ ਭੈਣ ਭਰਾਵਾਂ ਦਾ ਸਾਥ ਚਾਹੀਦਾ, ਅਸੀਂ ਖਾਣਾ ਵੱਧ ਤੋਂ ਵੱਧ ਸਾਫ਼ ਸੁਥਰਾ ਦੇਵਾਂਗੇ, ਦੇ ਵੀ ਰਹੇ ਹਾਂ, ਅਤੇ ਸਾਨੂੰ ਸਾਥ ਚਾਹੀਦਾ ਭੈਣ ਭਰਾਵਾਂ ਦਾ, ਠੀਕ ਆ। ਮੈਂ ਵੀ ਜਗਰਾਉਣ ਤੋਂ ਆਉਂਦੀ ਹਾਂ, ਮੈਨੂੰ ਦੂਰ ਬਹੁਤ ਪੈਂਦਾ, ਠੀਕ ਆ, 8 ਵਜੇ ਜਾਂਦੇ ਮੈਨੂੰ, 8:30 ਜਾਂਦੀ ਨੂੰ, ਅਤੇ ਕੁਛ ਕਰਨ ਵਾਸਤੇ ਆ ਰਹੇ ਹਾਂ। ਤੁਹਾਡੇ ਸਿਰ ਮਤਲਬ ਕਿੰਨੇ ਦਾ ਕਰਜ਼ਾ ਹੈ ਨਾ, ਜੇ ਆਪਾਂ ਗੱਲ ਕਰੀਏ ਰੁਪਈਆਂ ਦੀ? 10 ਤੋਂ 12 ਲੱਖ। ਹਾਂਜੀ। ਤੁਹਾਡਾ? ਮੇਰਾ 7 ਲੱਖ। ਤੁਸੀਂ ਦੇਖ ਸਕਦੇ ਹੋ ਵੀ ਆਪਾਂ ਗੱਲਬਾਤ ਕੀਤੀ ਆ, ਇਹਨਾਂ ਦੇ ਆਪਾਂ ਪਾਸਟ ਬਾਰੇ ਵੀ ਜਾਣਿਆ ਕਿ ਕਿੰਨੇ ਮਤਲਬ ਕਹਿ ਲਓ ਸੈਕਰੀਫਾਈਸ ਕਰਕੇ ਸਟਰਗਲ ਕਰਕੇ ਇੱਥੇ ਤੱਕ ਪਹੁੰਚੇ ਨੇ, ਪਰ ਜਦੋਂ ਬੰਦਾ ਕਹਿ ਲਓ ਵੀ ਇੱਕ ਮਿਹਨਤ ਕਰਕੇ ਇਸ ਮੁਕਾਮ 'ਤੇ ਆ ਕੇ ਆਪਣਾ ਇੱਕ ਬਿਜ਼ਨਸ ਸ਼ੁਰੂ ਕਰਦਾ, ਐਂਟਰਪ੍ਰੀਨਿਓਰ ਬਣਦਾ, ਪਰ ਫਿਰ ਵੀ ਕਿਤੇ ਨਾ ਕਿਤੇ ਆਡੀਅੰਸ ਜਦੋਂ ਸਾਥ ਨਹੀਂ ਦਿੰਦੀ ਤਾਂ ਬੰਦਾ ਜਿਹੜਾ ਕਿ ਆਪਣਾ ਹੌਸਲਾ ਛੱਡ ਜਾਂਦਾ। ਤਾਂ ਅਸੀਂ ਸਾਰੀ ਆਡੀਅੰਸ ਨੂੰ ਇਹ ਅਪੀਲ ਕਰਾਂਗੇ, ਜਿਹੜੇ ਪੰਜਾਬੀ ਭਰਾ ਆਪਣੇ ਉਹਨਾਂ ਨੂੰ ਇਹੀ ਅਪੀਲ ਕਰਾਂਗੇ, ਤੁਸੀਂ ਕਿਤੇ ਲੰਘ ਵੜ ਰਹੇ ਹੋ ਇਸ ਰੋਡ ਦੇ ਉੱਤੋਂ, ਤੁਸੀਂ ਇਹਨਾਂ ਕੋਲ ਜ਼ਰੂਰ ਆਓ, ਜਿਹੜੀ ਲੋਕੇਸ਼ਨ ਆ ਤੁਹਾਨੂੰ ਵੀਡੀਓ ਵਿੱਚ ਦੱਸ ਦਿੰਦੇ ਹਾਂ ਹੁਣੇ, ਅਤੇ ਟਾਈਮਿੰਗ ਬਾਰੇ ਵੀ ਤੁਹਾਨੂੰ ਜ਼ਰੂਰ ਦੱਸਾਂਗੇ। ਅਤੇ ਮੈਂ ਲੋਕੇਸ਼ਨ ਕੀ ਆਪਣੀ ਦੱਸਿਓ? ਆਪਣਾ ESI ਹੋਸਪਿਟਲ ਦੇ ਬਿਲਕੁਲ ਨੇੜੇ, ਨਾਲ ਜਿਹੜੀ ਕੋਚਰ ਮਾਰਕੀਟ ਨੂੰ ਸੜਕ ਜਾਂਦੀ ਆ ਉਹਦੇ 'ਤੇ ਦੁਕਾਨ ਆ ਆਪਣੀ, ਨੀਅਰ ਆਪਣੇ ਪੈਂਦੇ ਆ ਆਹ ਮੋਟਰਸਾਈਕਲ ਕਿਰਪਾਲ ਸਿੰਘ ਮੋਟਰਸਾਈਕਲ ਨਾਲ ਆਪਣੇ ਆਂਡੇ ਅਤੇ ਮੀਟ ਦੀ ਦੁਕਾਨ ਆ, ਬਿਲਕੁਲ ਨਜ਼ਦੀਕ ਹੀ ਆ ESI ਹੋਸਪਿਟਲ ਤਾਂ ਬਿਲਕੁਲ ਨਜ਼ਦੀਕ ਆ, ਅਤੇ ਨਾਲ ਲੱਕੀ ਦਾ ਹੈਗਾ ਬਈ ਆਪਣੇ ਆਂਡੇ ਮੀਟ ਦਾ, ਅਤੇ ਉਹਦੇ ਕੋਲ ਹੀ ਆ ਬਿਲਕੁਲ। ਅਤੇ ਕੋਈ ਸਮਾਂ ਸਾਡਾ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 7:45 ਤੱਕ ਦਾ ਹੁੰਦਾ, ਕਿਉਂਕਿ 7 ਵਜੇ ਸਾਨੂੰ ਵਾਪਸ ਫੜਨੀ ਪੈਂਦੀ ਆ, ਇਸ ਕਰਕੇ ਸਾਨੂੰ 7:45 ਆਪਣਾ ਜਿਹੜਾ ਢਾਬਾ ਵਾ ਛੋਟਾ ਜਿਹਾ ਭੈਣਾਂ ਦਾ ਇਹ ਬੰਦ ਕਰਨਾ ਪੈਂਦਾ। ਅਤੇ ਟਿਫਨ ਸਰਵਿਸ ਵੀ ਅਵੇਲੇਬਲ ਹੈਗੀ ਆਪਣੇ ਕੋਲ? ਹਾਂਜੀ, ਟਿਫਨ ਸਰਵਿਸ ਵੀ ਬਿਲਕੁਲ ਹੈਗੀ ਆ ਜੀ, ਪਰ ਕਿਸੇ ਨੇ ਹਾਲੇ ਤੱਕ ਕੋਈ ਟਿਫਨ ਨਹੀਂ ਲਿਆ ਸਾਡੇ ਕੋਲ, ਕੁਛ ਨਹੀਂ ਲਿਆ, ਹੁਣ ਉਹਦੇ ਲਈ ਮੈਂ ਉਹਨਾਂ ਨੂੰ ਅਪੀਲ ਕਰਨੀ ਚਾਹੂੰਗੀ, ਆਪਣੀ ਬੇਨਤੀ ਕਰਨੀ ਚਾਹੁੰਦੀ ਹਾਂ ਕਿ ਸਾਡੇ ਕੋਲ ਟਿਫਨ ਵੀ ਲੈਣ ਉਹ।
ਤੇ ਜੇ ਕਿਸੇ ਨੇ ਤੁਹਾਡੇ ਕੋਲ ਵੀ ਪਹੁੰਚਣਾ ਹੋਵੇ ਹੈ ਨਾ, ਜਾਂ ਕਿਸੇ ਨੇ ਟਿਫਨ ਦਾ ਆਰਡਰ ਦੇਣਾ ਹੋਵੇ, ਆਪਣਾ ਜਿਹੜਾ ਕੰਟੈਕਟ ਨੰਬਰ ਮੋਬਾਈਲ ਨੰਬਰ ਦੱਸ ਦਿਓ ਇੱਕ ਵਾਰੀ। 8427 34 96 66 ਇਹ ਮੈਡਮ ਕਮਲਜੀਤ ਕੌਰ ਦਾ। ਦੂਸਰਾ ਨੰਬਰ ਹੈਗਾ 78 143 72 203 ਉਹ ਮੈਡਮ ਕਮਲਜੀਤ ਕਰਮਜੀਤ ਕੌਰ ਦਾ ਬਣ। ਦੋਨਾਂ ਨੂੰ ਕਿਸੇ ਨੂੰ ਮਰਜ਼ੀ ਕਾਲ ਕਰ ਸਕਦੇ ਆ, ਟਿਫਨ ਸਰਵਿਸ ਲੈ ਸਕਦੇ, ਔਰ ਉਹਦੇ ਵਿੱਚ ਸਾਨੂੰ ਕੋਈ ਕਮੀ ਲਈ ਸਾਨੂੰ ਦੱਸ ਸਕਦੇ ਹੋ, ਕਿਉਂਕਿ ਸਾਨੂੰ ਵੀ ਪਤਾ ਲੱਗੇ ਵੀ ਸਾਡੀ ਕਿੱਥੇ ਕਮੀ ਆ, ਸਾਨੂੰ ਪਤਾ ਲੱਗ ਜਾਵੇ ਸਾਰਾ ਇਹ। ਕਸਟਮਰ ਨਾਲ ਗੱਲਬਾਤ ਕਰਦੇ ਹਾਂ, ਪੁੱਛਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਵੀਰੇ। ਸਰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹਨਾਂ ਕੋਲ ਆ ਕੇ ਪਰੌਂਠੇ ਖਾਂਦੇ ਨੂੰ? ਮੇਰਾ ਨਾ ਹੋ ਗਿਆ ਵੀਰੇ। ਕਿੱਦਾਂ ਦਾ ਲੱਗਦਾ ਵੀ ਇਹਨਾਂ ਕੋਲ ਆ ਕੇ ਜਦੋਂ ਖਾਂਦੇ ਹੋ ਹੈ ਨਾ? ਬਹੁਤ ਵਧੀਆ ਵੀਰੇ, ਇੱਕ ਨੰਬਰ ਕੁਆਲਿਟੀ ਆ ਇਹਨਾਂ ਦੀ। ਹਾਂਜੀ। ਸਵਾਦ ਕਿੱਦਾਂ ਦਾ ਹੁੰਦਾ? ਬਾਜ਼ਾਰੀ ਸਵਾਦ ਹੁੰਦਾ ਘਰ ਵਰਗਾ ਸਵਾਦ ਹੁੰਦਾ? ਘਰ ਵਾਲਾ ਸਵਾਦ ਵੀਰੇ। ਹਾਂਜੀ ਵੀਰੇ। ਤੇ ਪ੍ਰਾਈਸ ਕਿੱਦਾਂ ਦਾ ਲੱਗਾ ਤੁਹਾਨੂੰ, ਕਿ ਮਹਿੰਗਾ ਲੱਗਦਾ ਕਿ ਠੀਕ ਲੱਗਦਾ? ਓਕੇ ਆ। ਓਕੇ। ਹਾਂਜੀ। ਤੇ ਕੀ ਕਹਿਣਾ ਚਾਹੋਗੇ ਆਡੀਅੰਸ ਨੂੰ? ਮੈਂ ਇਹੀ ਕਹਿਣਾ ਜਿੰਨੇ ਖਾਣਾ ਖਾਣਾ ਇੱਥੇ ਆ ਕੇ ਖਾਇਆ ਕਰੋ, ਸਸਤਾ ਖਾਣਾ, ਜ਼ਿਆਦਾ ਮਹਿੰਗਾ ਨਹੀਂ ਹੈਗਾ, ਅਤੇ ਪੈਕ ਕਰਾ ਕੇ ਵੀ ਘਰ ਲੈ ਜਾਂਦੇ ਆ। ਤਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਭਾਵੇਂ ਕੰਮ ਛੋਟਾ ਪਰ ਜਿਹੜੀ ਹਿੰਮਤ ਨਹੀਂ ਹਾਰ ਰਹੇ, ਸੁਝਾਵ ਵਾਸਤੇ ਹਾਲੇ ਵੀ ਤਿਆਰ, ਪਰ ਇਹਨਾਂ ਨੂੰ ਪਤਾ ਵੀ ਹੈ ਕਿ ਅਸੀਂ ਖਾਣਾ ਪੀਣਾ ਬਹੁਤ ਵਧੀਆ ਬਣਾ ਰਹੇ। ਤਾਂ ਜੇ ਤੱਕ ਤੁਹਾਨੂੰ ਵੀ ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚ ਰਹਿ ਕੇ ਕੋਚਰ ਮਾਰਕੀਟ ਦੇ ਅਗਰ ਨੇੜੇ ਹੋ, ਤੁਹਾਨੂੰ ਟਿਫਨ ਸਰਵਿਸ ਚਾਹੀਦੀ ਆ, ਤੁਸੀਂ ਘਰ ਵਰਗਾ ਖਾਣਾ ਖਾਣਾ ਚਾਹੁੰਦੇ ਹੋ, ਤਾਂ ਇੱਥੇ ਜ਼ਰੂਰ ਇਹਨਾਂ ਨੂੰ ਕੰਟੈਕਟ ਕਰੋ, ਇੱਥੇ ਆਓ, ਖਾਓ, ਅਤੇ ਰਿਵਿਊ ਜ਼ਰੂਰ ਦੱਸਿਓ ਚੈਨਲ ਦੇ ਉੱਤੇ ਵੀ ਕਿੱਦਾਂ ਦਾ ਲੱਗਿਆ ਤੁਸੀਂ ਇਹ ਵਿਜ਼ਿਟ ਕੀਤਾ। ਅਤੇ ਜੇ ਹੋ ਸਕੇ ਜਿੰਨੀ ਹੋ ਸਕੇ ਇਹਨਾਂ ਦੋਵਾਂ ਭੈਣਾਂ ਦੀ ਹੈਲਪ ਕਰੋ, ਅਤੇ ਸਾਡੇ ਚੈਨਲ ਨੂੰ ਸਿਟੀ ਹੈਡਲਾਈਨ ਫੋਲੋ ਜ਼ਰੂਰ ਕਰ ਲਿਓ। ਕੈਮਰਾਮੈਨ ਵਿਪਨ ਬਸੀ ਦੇ ਨਾਲ ਮੈਂ ਅੰਬਰਵੀਰ।